ਸੰਗਰੂਰ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 8 ਕਿਲੋ ਫੀਮ ਅਤੇ 4,02,000 ਰੁਪਏ ਦੀ ਡਰੱਗ ਮਨੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਐਸਪੀ ਸੰਗਰੂਰ ਹਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਮੱਧ ਪ੍ਰਦੇਸ਼ ਤੋਂ ਫੀਮ ਲਿਆ ਕੇ ਸੰਗਰੂਰ ਤੇ ਆਸ-ਪਾਸ ਦੇ ਇਲਾਕੇ ਵਿੱਚ ਸਪਲਾਈ ਕਰਦੇ ਸਨ, ਜੋ ਕਿ ਪਿਛਲੇ 3 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਸਨ। ਕੱਲ ਸ਼ਾਮ ਨੂੰ ਐਸਆਈ ਬਸੰਤ ਸਿੰਘ ਕੋਲੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ 2 ਰਵਿੰਦਰ ਕੁਮਾਰ ਤੇ ਹਰਪ੍ਰੀਤ ਸਿੰਘ ਮੋਦਗਲ ਆ, ਇਹ ਫੀਮ ਲੈ ਕੇ ਆ ਰਹੇ ਨੇ, ਜਿਸ 'ਤੇ ਐਸਆਈ ਅਵਤਾਰ ਸਿੰਘ ਨੇ ਕੱਲ੍ਹ ਸ਼ਾਮ ਨੂੰ ਨਾਕੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ DSP ਸ਼੍ਰੀ ਸਤਪਾਲ ਸ਼ਰਮਾ, DSP ਆਰ ਸੰਗਰੂਰ ਦੀ ਹਾਜ਼ਰੀ ਵਿੱਚ ਇਹਨਾਂ ਦੀ ਸਰਚ ਕੀਤੀ ਗਈ ਅਤੇ ਦੌਰਾਨੇ ਸਰਚ ਇਹਨਾਂ ਕੋਲੋਂ 8 ਕਿਲੋ ਫੀਮ ਮਿਲੀ ਹੈਗੀ ਆ ਅਤੇ 4,02,000 ਰੁਪਈਆ ਜੋ ਡਰੱਗ ਮਨੀ ਸੀ ਉਹ ਮਿਲੀ ਹੈਗੀ ਆ। 1 32 ਬੋਰ ਦਾ ਲਾਇਸੈਂਸੀ ਰਿਵਾਲਵਰ ਉਹ ਇਹਨਾਂ ਤੋਂ ਬਰਾਮਦ ਹੋਇਆ। ਨੀਮਚ ਤੋਂ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦੇ ਸੀ। ਤਕਰੀਬਨ ਜੋ ਇਹਨਾਂ ਦੀ ਪੁੱਛਗਿੱਛ ਦੌਰਾਨ ਦੱਸਿਆ ਵੀ ਅਸੀਂ 1,60,000 ਪ੍ਰਤੀ ਕਿਲੋ ਦੇ ਨਾਲ ਲੈਂਦੇ ਸੀ ਅਤੇ ਅਸੀਂ ਇਹਨੂੰ ਪਰਚੂਨ ਦੇ ਵਿੱਚ ਇੱਥੇ 2,25,000 ਰੁਪਏ ਕਿਲੋ ਦੇ ਹਿਸਾਬ ਨਾਲ ਸਾਨੂੰ ਇਹ ਵਿਕਦੀ ਸੀ। ਇਹ 3-4 ਸਾਲ ਤੋਂ ਇਹ ਰੈਗੂਲਰਲੀ ਅਫੀਮ ਦਾ ਕੰਮ ਕਰ ਰਿਹਾ ਸੀ। ਇਹ ਸਪਲਾਈ ਆਮ ਨਾਭੇ ਦੇ ਨਾਭਾ ਹੋਇਆ, ਅਮਰਗੜ੍ਹ, ਧੂਰੀ, ਅਮਲੋਹ ਨੇੜੇ ਤੇੜੇ 20-30 ਕਿਲੋਮੀਟਰ ਦੇ ਪਿੰਡਾਂ ਦੇ ਵਿੱਚ ਇਹ ਪਰਚੂਨ ਦੇ ਵਿੱਚ ਇਹ ਸੇਲ ਕਰਦੇ ਸੀ। ਨੀਮਚ ਤੋਂ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦੇ ਸੀ।